ਬਰਨਾਲਾ ਲੁਧਿਆਣਾ ਹਾਈਵੇ ਦੇ ਮਹਿਲਕਲਾ ਟੋਲ ਪਲਾਜ਼ਾ ਤੇ ਰੋਜ਼ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾ ਨੇ ਦੱਸਿਆ ਕਿ ਉਹਨਾਂ ਦੇ ਸੰਘਰਸ਼ਸ਼ੀਲ ਕਿਸਾਨ ਨੇਤਾ ਯਸ਼ਪਾਲ ਸਿੰਘ ਧਰਨੇ ਤੇ ਬੈਠੇ ਕਿਸਾਨ ਭਰਾਵਾਂ ਨੂੰ ਸੰਬੋਧਨ ਕਰੇ ਸਨ ਇਸ ਤੋਂ ਬਾਅਦ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਯਸ਼ਪਾਲ ਸਿੰਘ ਦੀ ਅੰਤਿਮ ਵਿਦਾਈ ਯਾਤਰਾ 'ਚ ਵੱਡੀ ਗਿਣਤੀ 'ਚ ਕਿਸਾਨ ਨੇਤਾਵਾਂ ਨੇ ਸ਼ਿਰਕਤ ਕੀਤੀ ਖੇਤੀ ਕਾਨੂੰਨ ਬਿੱਲਾਂ ਦੇ ਵਿਰੋਧ 'ਚ ਯਸ਼ਪਾਲ ਸਿੰਘ ਲੋਕਤੰਤਰ ਕਿਸਾਨ ਸਭਾ ਦੀ ਅਗਵਾਈ 'ਚ ਸੰਘਰਸ਼ ਕਰ ਰਹੇ ਸਨ ਪਾਰਟੀ ਇਨਕਲਾਬੀ ਮਾਰਕਸਵਾਦੀ ਪੰਜਾਬ ਸਕੱਤਰ ਮੰਗਤਰਾਮ ਪਾਲਸਾ ਨੇ ਕਿਹਾ ਕਿ ਅਸ਼ਪਾਲ ਦਾ ਇਸ ਸੰਘਰਸ਼ ਇਸ ਤਰੀਕੇ ਨਾਲ ਜਾਣਾ ਬਹੁਤ ਅਫਸੋਸਜਨਕ ਹੈ ਉਹ ਹਮੇਸ਼ਾ ਕਿਸਾਨਾਂ ਲਈ ਸੰਘਰਸ਼ਸ਼ੀਲ ਸਨ ਅਸਲ ਵਿੱਚ ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ ਜਿਵੇਂ ਕੋਈ ਜਰਨੈਲ ਮੋਰਚੇ ਦੇ ਸ਼ਹੀਦ ਹੋਇਆ ਹੋਵੇ ਇਹ ਸਾਡਾ ਕਿਸਾਨ ਲਹਿਰ ਦਾ ਸ਼ਹੀਦ ਬਣ ਗਿਆ ਇਸ ਇਨਸਾਨ ਨੇ ਆਪਣੀ ਸਰਵਿਸ ਦੇ ਦੌਰਾਨ ਵੀ ਵਿਦਿਆਰਥੀਆਂ ਦੀ ਆਪਣੇ ਟੀਚਰਾਂ ਦੀ ਸੇਵਾ ਕੀਤੀ ਉਦੋਂ ਬਾਅਦ ਫਿਰ ਰਿਟਾਇਰਮੈਂਟ ਤੋਂ ਬਾਅਦ ਗਰੀਬਾਂ ਦੇ ਬੱਚਿਆਂ ਨੂੰ ਮੁਫਤ ਜਾ ਕੇ ਉਹਨਾਂ ਦੀ ਛੁਗੀਆਂ 'ਚ ਪੜਾਉਂਦਾ ਰਿਹਾ। ਉਦੋਂ ਬਾਅਦ ਇਸ ਯੋਧੇ ਨੇ ਜਮਹੂਰੀ ਕਿਸਾਨ ਸਭਾ ਦਾ ਔਰ ਆਰਐਮਪੀ ਆਈ ਦਾ ਝੰਡਾ ਫੜਿਆ। ਔਰ ਬਾਕੀ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਜਿਹੜਾ ਪੰਜਾਬ ਦਾ ਮੌਜੂਦਾ ਮੋਰਚਾ ਚੱਲ ਰਿਹਾ ਉਹਦੇ ਵਿੱਚ ਆਪਣਾ ਹਿੱਸਾ ਪਾਇਆ। ਹਿੱਸਾ ਨਹੀਂ ਪਾਇਆ ਬਲਕਿ ਉਸ ਮੋਰਚੇ ਨੂੰ ਅਗਵਾਈ ਕਰਨ ਵਾਲਿਆਂ ਵਿੱਚ ਤੁਜਸ਼ਪਾ ਲਿਖਿਆ। ਉਹਦੇ ਜਾਣ ਦੇ ਨਾਲ ਕੱਲਾ ਇਸ ਇਲਾਕੇ ਦੇ ਲੋਕਾਂ ਨੂੰ ਇਸ ਨਗਰ ਨੂੰ ਇਸ ਪਰਿਵਾਰ ਨੂੰ ਘਾਟਾ ਨਹੀਂ ਕਲਕੇ ਜਿਹੜਾ ਸਾਡਾ ਕਾਮੁਨਿਸਟਾਂ ਦਾ ਜਮਹੂਰੀ ਲਹਿਰ ਵਾਲਿਆਂ ਦਾ ਵੱਡਾ ਪਰਿਵਾਰ ਆ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਸਾਥੀ ਜਸ਼ਪਾਲ ਦੇ ਜਾਣ ਤੋਂ ਬਾਅਦ ਹੋ ਗਿਆ ਮੈਂ ਸਮਝਦਾ ਕਿ ਅੱਜ ਦੇ ਸਮੇਂ 'ਚ ਜਦੋਂ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ ਕੇਂਦਰ ਵੱਲੋਂ ਲੋਕਾਂ ਨੂੰ ਬਹੁਤ ਮੁਸੀਬਤਾਂ ਦੇ ਭਾਰ ਲੋਕਾਂ ਦੇ ਸਿਰਾਂ ਤੇ ਆ ਗਏ ਆ ਉਸ ਵੇਲੇ ਫਿਰ ਜਸ਼ਪਾਲ ਵਰਗੇ ਪ੍ਰਤੀਬੱਧ ਇਨਸਾਨ ਦੀ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਅਹੁਦੇ ਤੋਂ ਵੱਡੀ ਤੋਂ ਵੱਡੀ ਕਿ ਲੋਕਾਂ ਲਈ ਕੁਰਬਾਨੀ ਕਰਨ ਲਈ ਤਿਆਰ ਹੋਵੇ ਉਹਨਾਂ ਦੀ ਬਹੁਤ ਲੋੜ ਸੀ ਸਾਨੂੰ ਭਾਰਤੀ ਕਿਸਾਨ ਯੂਨੀਅਨ ਡਕੋਡਾ ਦੇ ਜ਼ਿਲ੍ਹਾ ਬਲਾਕ ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਉਹ ਸਾਡੀਆਂ 31 ਕਿਸਾਨ ਜਥੇਬੰਦੀਆਂ ਤੋਂ ਸ਼ਹੀਦ ਹਨ ਉਹਨਾਂ ਦੀ ਮੌਤ ਦਾ ਸਾਨੂੰ ਬਹੁਤ ਅਫਸੋਸ ਹੈ ਉਹ ਮੇਰੇ ਸਿਆਸੀ ਗੁਰੂ ਵੀ ਸਨ ਸਾਡਾ ਹੋ 31 ਜਥੇਬੰਦੀਆਂ ਦਾ ਸ਼ਹੀਦ ਹੈ ਅਸੀਂ ਕੱਲ ਤੋਂ ਹੀ ਨੂੰ ਸ਼ਹੀਦ ਦਾ ਐਲਾਨ ਚੁੱਕੇ ਹਾਂ ਜਥੇਬੰਦੀਆਂ ਅੱਜ ਅਸੀਂ ਸ਼ਹੀਦ ਦੇ ਨਾਂ ਤੇ ਉਹਨੂੰ ਵਿਦਾ ਕਰਕੇ ਆਏ ਹਾਂ ਬੜਾ ਦੁੱਖ ਹੈ ਸਾਨੂੰ ਇਸ ਗੱਲ ਦਾ ਕਿਉਂਕਿ ਮੈਂ ਤਾਂ ਉਹ ਤੋਂ ਪੜਿਆ ਵੀ ਸੀ ਜੇ ਸਾਡੇ ਆਗੂ ਸੀ ਨਾਲ ਉਹ ਮਤਲਬ ਮੇਰੇ ਸਿਆਸੀ ਗੁਰੂ ਵੀ ਸੀਗੇ ਉਹ ਬੜਾ ਦੁੱਖਾਂ ਇਸ ਗੱਲ ਦਾ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਚਿਰ ਮੋਦੀ ਸਰਕਾਰ ਹੈ ਜਿਹੜੀ ਪਿੱਛੇ ਨਹੀਂ ਹਟਦੀ ਸਾਨੂੰ ਕਿੰਨੀਆਂ ਹੀ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਆਪਣੇ ਪਰਿਵਾਰਾਂ ਸਮੇਤ ਜਿਹੜਾ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ ਬਿਲਕੁਲ ਅਸੀਂ ਤਿਆਰੀ ਕਰੀ ਬੈਠੇ ਹਾਂ ਇਸ ਮੋਦੀ ਨੂੰ ਅਸੀਂ ਪਿੱਛੇ ਮੁੜ ਕੇ ਹਟਾਂਗੇ ਨਾ ਵੇਲਾ ਤਾ ਉਹਨੂੰ ਮੁੜਨਾ ਪਊਗਾ ਕਿਉਂਕਿ ਇਹ ਖੇਤੀ ਕਿੱਤੇ ਦੇ ਨਾਲ ਜਿਹੜੀ ਤਬਾਹੀ ਆਉਣ ਵਾਲਾ ਕਾਨੂੰਨ ਨੇ ਇਹ ਮਤਲਬ ਸਮੁੱਚੇ ਲੋਕਾਂ ਦੀ ਮੌਤ ਦੇ ਬਰੰਟ ਨੇ ਇਹ ਜਿਹੜੇ ਬੈਲ ਨੇ ਇਹ ਕਿਸੇ ਮੋੜਨੇ ਜ਼ਰੂਰੀ ਹੈ ਕਿਸਾਨਾਂ ਲਈ ਕਰੋ ਜਾਂ ਮਰੋ ਦੀ ਨੀਤੀ ਹੈ ਇਹ ਅਸੀਂ ਕਿਸੇ ਵੀ ਕੀਮਤ ਤੇ ਪਿੱਛੇ ਨਹੀਂ ਹਟਾਂਗੇ ਕਿੰਨੀਆਂ ਹੀ ਕੁਰਬਾਨੀਆਂ ਸਾਨੂੰ ਦੇਣੀਆਂ ਪੈਣ ਅਸੀਂ ਤਿਆਰ ਬੈਠੇ ਹਾਂ ਬਿਲਕੁਲ ਉਗਰਾਹਾ ਇਕਤਾ ਦੇ ਮੈਂਬਰ ਜੱਗਾ ਸਿੰਘ ਨੇ ਕਿਹਾ ਕਿ ਉਹ ਇੱਕ ਬਹੁਤ ਚੰਗੇ ਇਨਸਾਨ ਸਨ ਉਹ ਕਿਸਾਨਾਂ ਜਾਂ ਮਜ਼ਦੂਰਾ ਦੇ ਸੰਘਰਸ਼ਾਂ ਚ ਪੂਰੀ ਸ਼ਮੂਲੀਅਤ ਕਰਦੇ ਰਹੇ ਹਨ ਦੇਖੋ ਜੀ ਮਾਸਟਰ ਜਸਪਾਲ ਸਿੰਘ ਬਹੁਤ ਵਧੀਆ ਇਨਸਾਨ ਸੀਗੇ ਲਗਾਤਾਰ ਸਾਡੇ ਸੰਘਰਸ਼ਾਂ ਦੇ ਵਿੱਚ ਜਿੱਥੇ ਵੀ ਹੁੰਦਾ ਚਾਹੇ ਉਹ ਕਿਸਾਨਾਂ ਦਾ ਚਾਹੇ ਮਜ਼ਦੂਰਾ ਦਾ ਲਗਾਤਾਰ ਉਹ ਸ਼ਮੂਲੀਅਤ ਕਰਦੇ ਰਹੇ ਨੇ ਕੱਲ 4 ਵਜੇ ਲਾਸਟ ਟਾਈਮ ਉਹਨੂੰ ਦਿੱਤਾ ਸੀ ਸਟੇਜ ਤੇ ਸਵੇਰ ਤੋਂ ਬੈਠ ਰਹੇ 4 ਵਜੇ ਮੈਨੂੰ ਕਿਹਾ ਉਹਨਾਂ ਨੇ ਕਹਿੰਦੇ ਵੀ ਬੇਟਾ ਰਹਿਣ ਦੋ ਮੈਂ ਕਿਹਾ ਨਹੀਂ ਜੀ ਵੀ ਤੁਸੀਂ ਬੋਲੋ ਵੀ ਆਪਣਾ ਸਟੇਜ ਆਪ ਬੰਦ ਕਰਨੀ ਆ 4 ਵਜੇ ਬਸ 2-4 ਮਿੰਟ ਹੀ ਬੋਲ ਕੇ ਗਏ ਨੇ ਉੱਥੇ ਜਾ ਕੇ ਜਦੋਂ ਬੈਠਣ ਲੱਗੇ ਤਾਂ ਇੱਕਦਾਂ ਅਟੈਕ ਆ ਗਿਆ ਬਹੁਤ ਵੱਡਾ ਸਾਨੂੰ ਘਾਟਾ ਪਿਆ ਜੀ ਕਿਸਾਨ ਲਹਿਰ ਨੂੰ ਕਿਉਂਕਿ ਨਾ ਧੜਕਾ ਆਗੂ ਸੀਗਾ ਹਰੇਕ ਧਰਨੇ ਦੇ ਵਿੱਚ ਸਮੂਲੀਅਤ ਕਰਦਾ ਸੀਗਾ ਜਿੱਥੇ ਵੀ ਹੁੰਦਾ ਸੀਗਾ ਸ਼ਹੀਦ ਦਾ ਖਤਾਬ ਵੀ ਮਿਲੂਗਾ ਕਿਉਂਕਿ ਜਿਹੜਾ ਸੰਘਰਸ਼ਾ 'ਚ ਸਾਡਾ ਕੋਈ ਵੀ ਕਿਸਾਨ ਆਗੂ ਜਾਂ ਕੋਈ ਵੀ ਲੀਡਰ ਅਸ਼ੀਦ ਹੁੰਦਾਗਾ ਉਹਨੂੰ ਸ਼ਹੀਦ ਦਾ ਦਰਜਾ ਹੀ ਦੇਣੇ ਅੱਜ ਤੁਸੀਂ ਉਹਨੂੰ ਸ਼ਹੀਦ ਦਾ ਦਰਜਾ ਦੇਣਾ ਤੇ ਬਹੁਤ ਵੱਡਾ ਸਾਨੂੰ ਘਾਟਾ ਪਿਆਗਾ ਕਿਉਂਕਿ ਹਜੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਹੋਣੀਆਂ ਨੇ ਕਿਉਂਕਿ ਇਸ ਸੰਘਰਸ਼ ਚ ਲਗਾਤਾਰ ਚੱਲਣਾਗਾ ਇੱਕ ਤਰੀਕ ਤੋਂ ਚੱਲਦਾ ਆ ਰਿਹਾ ਕਿਉਂਕਿ ਮੋਦੀ ਸਰਕਾਰ ਪਿੱਛੇ ਨਹੀਂ ਮੁੜ ਰਹੀ ਹੋਰ ਵੀ ਬਹੁਤ ਕੁਰਬਾਨੀਆਂ ਦੇਣ ਦੀ ਲੋੜ ਪਈ ਤਾਂ ਸਾਡੇ ਕਿਸਾਨ ਆ ਗੂ ਡਟੇ ਵੀ ਨਿਊਜ਼ ਡੈਕਸ ਤੋਂ ਸ਼ਿਖਾ ਪੰਡੇ ਦੇ ਨਾਲ ਬਿਊਰੋ ਰਿਪੋਰਟ ਵੌਇਸ ਆਓ ਪੰਜਾਬ ਬਰਨਾਲਾ